ਨੈਸ਼ਨਲ ਹਾਈਵੇ ਦੇ ਉੱਤੇ ਇੱਕ ਟੈਕਸੀ ਚਾਲਕ ਦੀ ਲਾਸ਼ ਮਿਲਣ ਦਾ ਮਾਮਲਾ ਸਾਹਮਣੇ ਆਇਆ। ਦਰਅਸਲ ਜਾਣਕਾਰੀ ਅਨੁਸਾਰ ਕਿਹਾ ਜਾ ਰਿਹਾ ਹੈ ਕਿ ਚੰਡੀਗੜ੍ਹ ਤੋਂ ਇਹ ਸਵਾਰੀਆਂ ਲੈ ਕੇ ਲੁਧਿਆਣਾ ਦੇ ਲਈ ਰਵਾਨਾ ਹੋਇਆ ਸੀ ਰਾਤ ਨੂੰ ਅਤੇ ਸਵੇਰੇ 4 ਵਜੇ ਦੇ ਕਰੀਬ ਇਸ ਨੂੰ ਕਿਸੇ ਨੇ ਘੇਰ ਕੇ ਪਹਿਲਾਂ ਤਾਂ ਗੋਲੀਆਂ ਮਾਰ ਦਿੱਤੀਆਂ ਅਤੇ ਇਸ ਦੀ ਜੋ ਕਾਰ ਸੀ ਅਲਟੋ ਉਸ ਨੂੰ ਲੈ ਕੇ ਫਰਾਰ ਹੋ ਗਏ ਨੇ। ਹਾਲਾਂਕਿ ਜ਼ਖਮੀ ਹਾਲਤ ਦੇ ਵਿੱਚ ਹੀ ਇਸ ਟੈਕਸੀ ਚਾਲਕ ਦੇ ਵੱਲੋਂ ਆਪਣੇ ਪਰਿਵਾਰਕ ਮੈਂਬਰਾਂ ਨੂੰ ਸਾਰੀ ਘਟਨਾ ਬਾਰੇ ਸੂਚਿਤ ਕੀਤਾ ਜਾਂਦਾ, ਆਪਣੀ ਲੋਕੇਸ਼ਨ ਭੇਜੀ ਜਾਂਦੀ ਹੈ ਅਤੇ ਫਿਰ ਮੌਕੇ ਦੇ ਉੱਤੇ ਪੁਲਿਸ ਸਮੇਤ ਪਹੁੰਚੇ ਪਰਿਵਾਰਕ ਮੈਂਬਰਾਂ ਦੇ ਪੈਰ ਹੇਠੋਂ ਜ਼ਮੀਨ ਖਿਸਕ ਜਾਂਦੀ ਹੈ ਕਿਉਂਕਿ ਉਦੋਂ ਤੱਕ ਉਹਨਾਂ ਦੇ ਬੇਟੇ ਦੀ ਮੌਤ ਹੋ ਚੁੱਕੀ ਸੀ। ਤਾਂ ਧਾਹਾਂ ਮਾਰ ਰੋਂਦੇ ਪਰਿਵਾਰ ਦੀਆਂ ਇਹ ਤਸਵੀਰਾਂ ਸਾਹਮਣੇ ਆਈਆਂ ਨੇ ਜਿੱਥੇ ਕਿ ਇੱਕ ਟੈਕਸੀ ਚਾਲਕ ਦੀ ਨੈਸ਼ਨਲ ਹਾਈਵੇ ਦੇ ਉੱਤੇ ਸ਼ਰੇਆਮ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਹੈ, ਕਤਲ ਕਰ ਦਿੱਤਾ ਗਿਆ ਅਤੇ ਉਸਦੀ ਗੱਡੀ ਲੈ ਕੇ ਮੌਕੇ ਤੋਂ ਫਰਾਰ ਹੋ ਗਏ ਨੇ। ਤਾਂ ਸਮਰਾਲਾ ਬਾਈਪਾਸ ਦੇ ਉੱਤੇ ਉਸਦੀ ਲਾਸ਼ ਮਿਲੀ ਹੈ। ਫਿਲਹਾਲ ਮੌਕੇ 'ਤੇ ਪੁਲਿਸ ਪਹੁੰਚੀ ਹੈ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਤਾਂ ਦੱਸ ਦਈਏ ਕਿ ਆਲੇ ਦੁਆਲੇ ਲੱਗੇ CCTV ਫੁਟੇਜ ਨੂੰ ਵੀ ਖੰਗਾਲਿਆ ਜਾ ਰਿਹਾ ਹੈ। ਦਰਅਸਲ ਕਿਹਾ ਜਾ ਰਿਹਾ ਕਿ ਚੰਡੀਗੜ੍ਹ ਤੋਂ ਇਹ ਸਵਾਰੀਆਂ ਲੈ ਕੇ ਲੁਧਿਆਣਾ ਦੇ ਲਈ ਰਾਤ ਨੂੰ ਰਵਾਨਾ ਹੋਇਆ ਸੀ ਅਤੇ ਸਵੇਰੇ 4 ਵਜੇ ਦੇ ਕਰੀਬ ਜਦੋਂ ਵਾਪਸੀ ਕਰ ਰਿਹਾ ਸੀ ਤਾਂ ਰਾਹ ਦੇ ਵਿੱਚ ਇਸ ਨੂੰ ਕਿਸੇ ਨੇ ਘੇਰ ਕੇ ਗੋਲੀਆਂ ਮਾਰ ਦਿੱਤੀਆਂ ਅਤੇ ਇਸ ਦੀ ਕਾਰ ਲੈ ਕੇ ਮੌਕੇ ਤੋਂ ਫਰਾਰ ਹੋ ਗਏ। ਜ਼ਖਮੀ ਹਾਲਤ ਦੇ ਵਿੱਚ ਇਸ ਟੈਕਸੀ ਚਾਲਕ ਦੇ ਵੱਲੋਂ ਫੋਨ ਕੀਤਾ ਜਾਂਦਾ, ਆਪਣੇ ਪਰਿਵਾਰਕ ਮੈਂਬਰਾਂ ਨੂੰ ਸਾਰੀ ਘਟਨਾ ਦੱਸੀ ਜਾਂਦੀ ਹੈ ਅਤੇ ਫਿਰ ਜਦੋਂ ਪਰਿਵਾਰਕ ਮੈਂਬਰਾਂ ਦੇ ਵੱਲੋਂ ਜਦੋਂ ਦੁਬਾਰਾ ਫੋਨ ਕੀਤਾ ਜਾਂਦਾ 5 ਮਿੰਟ ਬਾਅਦ ਤਾਂ ਉਦੋਂ ਜੋ ਬੇਟਾ ਉਹ ਲੋਕੇਸ਼ਨ ਭੇਜਦਾ ਅਤੇ ਲੋਕੇਸ਼ਨ ਭੇਜਣ ਤੋਂ ਬਾਅਦ ਹੀ ਕਿਹਾ ਜਾ ਰਿਹਾ ਕਿ ਉਸਦੀ ਮੌਤ ਹੋ ਗਈ। ਹੁਣ ਪਰਿਵਾਰਕ ਮੈਂਬਰ ਮੌਕੇ ਦੇ ਉੱਤੇ ਪਹੁੰਚੇ ਨੇ, ਪੁਲਿਸ ਮੌਕੇ 'ਤੇ ਪਹੁੰਚੀ ਹੈ ਅਤੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਤਾਂ ਸਮਰਾਲਾ ਤੋਂ ਇਹ ਖਬਰ ਸਾਹਮਣੇ ਆਈ ਹੈ। ਸਰ, ਮੇਰਾ ਲੜਕਾ 3-4 ਮਹੀਨੇ ਸੇ ਤਕਰੀਬਨ ਗਾੜੀ ਚਲਾਉਣਾ ਤਾਂ ਓਵਰ ਔਰ ਸਰ ਰਾਤ ਸੇ ਲੁਧਿਆਣੇ ਕੀ ਬੁਕਿੰਗ ਮਿਲੀ, ਮੇਰੇ ਪਾਸ ਫੋਨ ਆਇਆ 4 ਵਜੇ ਸਰ, ਬਹੁਤ ਪਰੇਸ਼ਾਨ ਤਾਂ ਮੇਰਾ ਬੇਟਾ, ਇਕੱਲਾ ਹੀ ਬੇਟਾ ਹੈ ਮੇਰਾ, ਔਰ ਸਰ 4:15 ਵਜੇ ਨੇ ਬਾਤ ਕਰੀ ਕਿ ਮੈਂ ਕਿਸੇ ਨੇ ਗੋਲੀ ਮਾਰ ਦੀ ਪਾਪਾ, ਔਰ ਸਰ ਇਤਨੀ ਬਾਤ ਹੋਈ ਮੇਰੀ, ਮੈਨੂੰ 10 ਮਿੰਟ ਕੇ ਬਾਅਦ ਫੋਨ ਕਰਿਆ ਕਿ ਬਾਬੂ ਤੂੰ ਹੈ ਕਹਾਂ ਸੀ, ਕਰਾ ਮੈਂ ਲੋਕੇਸ਼ਨ ਭੇਜ ਰਿਹਾ, ਲੋਕੇਸ਼ਨ ਭੇਜ ਦੀ ਮੇਰੇ ਪਾਸ ਸਰ, ਫਿਰ ਕਹਾ ਸਰ ਫਿਰ ਬੋਲ ਨਹੀਂ ਦਾ ਸਰ, ਫਿਰ ਤੋਂ ਕੋਈ ਦੁਸ਼ਮਣੀ ਵਗੈਰਾ ਲੱਗਦੀ ਹੈ ਕਿਸੇ ਕੇ ਸਾਥ, ਕੋਈ ਕੁਛ ਨਹੀਂ ਹੈ ਕਿਸੇ ਕਾ ਵੀ, ਮੇਰੀ ਸਾਥ ਵੀ ਨਹੀਂ, ਭਾਈ ਕੇ ਸਾਥ ਵੀ ਨਹੀਂ, ਬੱਚੇ ਕੇ ਵੀ ਨਹੀਂ। ਫਿਰ ਕੀ ਸ਼ਾਦੀ ਹੋ ਗਈ ਸੀ? ਸ਼ਾਦੀ ਹੋ ਗਈ ਸਰ, 1.5 ਸਾਲ ਹੋਇਆ ਦਸੰਬਰ ਨੂੰ। ਕੌਣ ਸੀ ਗਾੜੀ ਚਲਾਤਾ ਸਾ ਜੀ? ਸਕੂਟੀ ਸਰ, ਯਾਲੋ ਅਲਟੋ। ਅਲਟੋ ਚਲਾਤਾ? ਕਿੰਨੀ ਦੇਰ ਚਲਾ ਰਹੇ? 4 ਮਹੀਨੇ ਹੋ ਗਏ ਸਰ। ਕੋਈ ਰੰਜਿਸ਼ ਵਗੈਰਾ ਕੁਛ ਨਹੀਂ ਸੀ? ਨਾ ਜੀ, ਘਰ ਮੈਂ ਨਹੀਂ ਕੁਛ ਵੀ ਐਸਾ ਕਿੱਲਾ ਹੀ। ਅਬ ਕੀ ਮੰਗ ਕਰ ਰਹੇ ਹੋ ਪ੍ਰਸ਼ਾਸਨ ਸੇ? क्या नाम आपका जी? पिंकी। क्या बात हुई है आपकी मेरे पति की सुबह? क्या बात? कुछ भी बात नहीं हुई है, वो कल सवारी लेके निकले थे कहते लुधियाना के लिए, और क्या नाम, फिर वो यहाँ पे आए होंगे, जाते टाइम किसी ने कर दी वारदात, फोन पे सिर्फ ये बोल रहे थे कि क्या नाम लेते हैं मेरा एक्सीडेंट, वो किसी ने गोली मार दी कि मैं मर जाऊंगा, मैं मर जाऊंगा, मैं मरने वाला हूँ, बस यही बोल रहे थे। नहीं, किसी के साथ कुछ भी नहीं था, इनका तो किसी का तू भी नहीं बोलते, कुछ भी बात नहीं थी सर। गड़बड़ी मिली है ਚੰਡੀਗੜ੍ਹੋਂ ਲੁਧਿਆਣੇ ਬੁੱਕ ਹੋਇਆ ਸੀ,
ਇਹਦੀ ਜਿਹੜੀ ਵਾਪਸੀ ਜਾਂਦੇ ਹਾਂ ਤਾਂ ਅਡਵਾਨੀ ਨੇ ਆਪਣੇ ਪਰਿਵਾਰ ਨੂੰ ਫੋਨ ਕੀਤਾ ਸੀ ਮੇਰੇ ਕਹਿੰਦੇ ਗੋਲੀ ਮਾਰ ਦਿੱਤੀ ਹੈ, ਵਾਈ ਸ਼ੂਟਿੰਗ ਜਿਹੜਾ ਇਹਦਾ ਮਰਡਰ ਹੋਇਆ ਉਹਦਾ ਜੀ ਕੇਸ ਰਜਿਸਟਰ ਕਰਕੇ ਇਨਵੈਸਟੀਗੇਸ਼ਨ ਕਰ ਰਹੇ ਹਾਂ, ਜਿਹੜੇ ਮੁਲਜ਼ਮ ਹੈ ਛੇਤੀ ਸਲਾਖਾਂ ਪਿੱਛੇ ਦਾ ਅਜੇ ਤਾਂ ਅਜੇ ਤਾਂ ਪੁਲਿਸ ਦਾ ਪਾਰਟ ਹੀ ਹੈ, ਅੱਡ ਅੱਡ ਥੀਜ਼ਾਂ ਦੇ ਹੀ ਕੰਮ ਕਰ ਰਹੇ।